ਲਓ ਜੀ ਬਾਬਿਓ, ਕੱਦੂ ਕਰਤਾ, ਸਿੰਗਲ ਲਾਤਾ, ਇੱਕ ਵਾਰ ਹੋਰ ਮਾਰੂੰਗਾ। ਸੋ ਹਜੇ ਰੋਕਦੀ ਹੈ ਕੰਮ, ਪਨੀਰੀ ਪਨੂਰੀ ਪੱਟ ਲੈਣ ਦੋ ਬੰਦਿਆਂ ਨੂੰ, ਬਾਕੀ ਉਹਨਾਂ ਨੂੰ ਪੁੱਛਦਾ ਕੀ ਕਰਦੇ ਨੇ। ਸੋ ਨਜ਼ਾਰਾ ਬਹੁਤ ਹੈ ਬਾਬਿਓ, ਟਿਕਮਾ ਜਿਹਾ ਚੱਲੀ ਜਾਵੇ ਨਾ ਵਧੀਆ ਰਹਿੰਦਾ ਜੀ। ਲਓ ਜੀ, ਟੈਂਕੀ ਫੁੱਲ ਹੋ ਗਈ, ਅਤੇ ਕੱਲ੍ਹ ਅਸੀਂ ਲਾਏ ਪਵਾ ਕੇ ਲੈ ਕੇ ਆਏ ਗੱਡੀ ਨੂੰ। ਲਵਲੀ ਦੱਸ ਕਿਹੋ ਜਿਹੇ ਲੱਗੇ ਲਾਏ? ਵਧੀਆ ਲੱਗਦਾ। ਸਾਰੇ ਜਣੇ ਕਮੈਂਟਾਂ ਚ ਦੱਸੋ ਬਾਬਿਓ, ਲਾਏ ਕਿਵੇਂ ਦੇ ਲੱਗੇ। ਲਓ ਜੀ, ਲੇਜ਼ਰ ਕਰਾ ਦਾ ਕੰਮ ਪੂਰਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ, ਮੇਰੇ ਵੀਰਿਓ ਚੱਲ ਰਿਹਾ ਕੰਮ ਪੂਰਾ ਦੱਬਿਆ ਹੋਇਆ। ਆਪਾਂ 2 ਵਜੇ ਮੇਰੇ ਦੁਪਹਿਰ ਦੇ ਅੰਕਲ ਰੋਟੀ ਖਾਣ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਬਾਬੇ, ਉਹ ਬਲੌਗ ਬੜੀ ਦੇਰ ਬਾਅਦ ਆ ਰਿਹਾ ਕਿਉਂਕਿ ਕੋਈ ਕੰਮ ਨਹੀਂ ਸੀ, ਅਸੀਂ ਡੌਲਾਂ ਵੱਟਾਂ ਸਾਰੀਆਂ ਲਾ ਲਈਆਂ ਸੀ ਹੋਇਆ ਸੀ। ਸੋ ਅੱਜ ਆਪਣਾ ਝੋਨੇ ਦਾ ਕੰਮ ਸਟਾਰਟ ਹੋ ਚੁੱਕਿਆ। ਆ ਕੱਦੂ ਕਰਿਆ ਸੀ ਸਵੇਰੇ ਸਵੇਰੇ ਹਨੇਰੇ ਹਨੇਰੇ, ਉਦੋਂ ਮੈਂ ਬਲੌਗ ਨਹੀਂ ਸੀ ਬਣਾਇਆ। ਸੋ ਹੁਣ ਆਪਣਾ ਅਗਲਾ ਖੇਤ ਭਰ ਚੁੱਕਿਆ ਜੀ, ਹੁਣ ਇਹਦਾ ਕਰਦੇ ਹਾਂ। ਸੋ ਇਹ 'ਚ ਆਪਣੀ ਜੀਰੀ ਲੱਗ ਗਈ, ਇਹ ਰੇਤੇ ਵਾਲਾ ਖੇਤ ਆਪਣਾ, ਇੰਨਾ ਹਾਈ ਰੇਤਾ ਵੀ ਨਹੀਂ ਹੈਗਾ, ਇੰਨਾ ਲੋਅ ਰੇਤਾ ਵੀ ਨਹੀਂ ਹੈਗਾ। ਸੋ ਇਹ ਮਤਲਬ ਕਿ ਟਾਈਮ ਜੇ ਨਾਲ ਲਾਉਣਾ ਪੈਂਦਾ, ਨਹੀਂ ਫਿਰ ਰੇਤੇ ਵਾਲੇ ਜ਼ਮੀਨ ਵਾਲਿਆਂ ਨੂੰ ਪਤਾ ਹੀ ਹੈ ਵੀ ਕੀ ਹੋ ਜਾਂਦਾ, ਇਹਦਾ ਪੱਕ ਜਾਂਦਾ ਜ਼ਿਆਦਾ। ਸੋ ਆਹ ਖੇਤ ਆਪਣਾ ਨੋਰਮਲ ਆ, ਬਾਕੀ ਆਪਣੇ ਸਾਰੇ ਨੋਰਮਲ ਨੇ, ਅਤੇ ਤਾਂ ਇਹ ਨਾਲ ਦੀ ਨਾਲ ਕਰਕੇ ਨਾਲ ਦੀ ਨਾਲ ਲਵਾਇਆ ਹੈ। ਆਪਣੇ ਜਿਹੜੇ ਬੰਦੇ ਨੇ ਜੀਰੀ ਵਾਲੇ, ਉਹ ਅਜੇ ਆਉਣੇ ਨੇ, ਇਹ ਆਪਾਂ ਹੋਰ ਬੰਦਿਆਂ ਤੋਂ ਲਵਾਇਆ, ਉਹ ਆਉਣਗੇ ਪਰਸੋਂ ਨੂੰ, ਠੀਕ ਹੈ ਜੀ। ਸੋ ਆਪਾਂ ਬਾਸਮਤੀ 1692 ਜਿਹੜਾ ਬੀਜ ਇਹ ਲਵਾਇਆ, ਇੱਧਰ ਆਪਣਾ ਖੇਤ ਥੋੜ੍ਹਾ ਜਿਹਾ ਰਹਿ ਗਿਆ, ਸੋ ਭਰ ਜਾਵੇ ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਦੂ ਕਰਦੇ ਹਾਂ, ਠੀਕ ਹੈ ਜੀ। ਸੋ ਆਹ ਦੇਖੋ ਤੁਸੀਂ, ਕੰਮ ਚੱਲਦਾ ਫੁੱਲ ਜ਼ੋਰਾਂ ਸ਼ੋਰਾਂ ਦੇ। ਲਓ ਜੀ ਬਾਬੇ, ਉਹ ਆਪਾਂ ਕਰਤਾ ਕੱਦੂ ਸ਼ੁਰੂ, ਅਤੇ ਉਹ ਖੇਤ ਆਪਣਾ ਲੱਗ ਗਿਆ ਜਦੋਂ ਆਪਾਂ ਪਹਿਲਾਂ ਲਾ ਰਹੇ ਸੀ, ਲੱਗ ਰਿਹਾ ਸੀ ਉਹ ਹੁਣ ਖੇਤ ਲੱਗ ਚੁੱਕਿਆ, ਹੁਣ ਆਹ ਖੇਤ ਦੀ ਪਨੀਰੀ ਪੱਟਣਗੇ ਬੰਦੇ। ਸੋ 1.5 ਕਿੱਲਾ, ਉਹ ਕਿੱਲਾ, ਉਹ ਕਿੱਲੇ ਦਾ ਘੇਰਾ ਸੀ, 1.5 ਕਿੱਲੇ ਦਾ ਘੇਰਾ। ਸੋ ਆਪਣੀ ਬਾਸਮਤੀ 1692 ਇੱਥੇ ਆਲੂ ਕਰ ਰਹੇ ਨੇ ਬਾਬੇ, ਆਲੂ ਮਤਲਬ 4x4 ਦੇ ਨਾਲ ਕੱਦੂ ਕਰਨ ਦਾ ਜਿਹੜਾ ਮਜ਼ਾ ਹੈ ਉਹ 4x4 ਨਾਲ ਆ ਬਾਈ। ਜੋ ਲੱਖ ਤੁਸੀਂ ਜੋ ਮਰਜ਼ੀ ਬੰਦਾ ਕਿਸੇ ਨੂੰ ਕੁਛ ਕਹਿ ਲਿਆ ਵੀ ਮਾਂ ਕਰ ਦੂ, ਪਰ ਆ ਲਓ ਬੰਦ ਰੇਸ ਵੀ ਟਰੈਕਟਰ ਚੱਲ ਰਿਹਾ, ਟਰੈਕਟਰ ਨੂੰ ਪਤਾ ਵੀ ਨਹੀਂ ਹੈਗਾ, ਤੁਸੀਂ ਦੱਸ ਦਿਓ ਹੁਣ ਕਿੰਨਾ ਨਜ਼ਾਰੇ ਨਾਲ ਕੱਦੂ ਹੁੰਦਾ, ਐਨ ਬਣਾਉਂਦਾ ਮੱਖਣੀ ਬਣਾਉਂਦਾ ਪੱਟੂ ਮੱਖਣੀ, ਡੈਡੀ ਪਤਾ ਨਹੀਂ ਕਦ ਨਹੀਂ ਭਰੀ ਇਹ, ਮੈਨੂੰ ਲੱਗਦਾ ਇਹ ਹਲਾਂ ਦੇ ਵਿੱਚ ਕੰਮ ਛੇੜਦਾ, ਇਹ ਸਿਰਫ 1 ਹਲਾਂ ਦੀ ਗੇੜ ਆ, ਹਲ ਕਿਤੇ ਡੂੰਘੇ ਲਾ ਤੇ ਬਸ ਇੰਨੇ 'ਚ ਕੰਮ ਹੋ ਜਾਂਦਾ ਬਸ ਇੰਨੇ 'ਚ। ਲਓ ਜੀ, ਸਾਰੇ 1000 ਚੱਕਰਾਂ ਪਰ ਚੱਲ ਰਿਹਾ, ਦੇਖ ਲਓ 4x4 ਲੱਗਿਆ ਪਿੱਛੇ ਤੰਦੇ ਨੇ। ਸੋ ਨਜ਼ਾਰਾ ਬਹੁਤ ਹੈ ਬਾਬਿਓ, ਟਿਕਮਾ ਜਿਹਾ ਚੱਲੀ ਜਾਵੇ ਨਾ ਵਧੀਆ ਰਹਿੰਦਾ। ਬਲੌਗ ਬਹੁਤ ਦੇਰਾਂ ਬਾਅਦ ਆਉਣ ਲੱਗਿਆ, ਬਹੁਤ ਦੇਰਾਂ ਬਾਅਦ ਬਲੌਗ ਆਉਣ ਲੱਗਿਆ, ਪਰ ਬਲੌਗ ਮੈਂ ਪਾਉਂਦਾ ਵੀ ਕੀ, ਅਸਲ ਦੇ ਵਿੱਚ ਸ਼ਬੀਲ ਚੱਲਦੀ ਸੀ ਸਾਡੀ, ਆਇਆ ਉੱਥੇ ਸੇਵਾ 'ਤੇ ਸੀਗੇ, ਅੱਜ ਤੁਹਾਨੂੰ ਸ਼ਬੀਲ ਚੌਕੇ ਬਾਬਿਓ, ਮੈਂ ਕਰਦਾ ਕੱਦੂ ਹੌਲੀ ਹੌਲੀ ਫੇਰੇ ਦਾ। ਲਓ ਜੀ ਬਾਬਿਓ, ਕੱਦੂ ਕਰਤਾ, ਸਿੰਗਲ ਲਾਤਾ, ਇੱਕ ਵਾਰ ਹੋਰ ਮਾਰੂੰਗਾ। ਸੋ ਹਜੇ ਰੋਕਦੀ ਹੈ ਕੰਮ, ਪਨੀਰੀ ਪਨੂਰੀ ਪੱਟ ਲੈਣ ਦੋ ਬੰਦਿਆਂ ਨੂੰ,
ਬਾਕੀ ਉਹਨਾਂ ਨੂੰ ਪੁੱਛਦਾ ਕੀ ਕਰਦੇ ਨੇ। ਚਲੇ ਬੰਦਿਆਂ ਨੂੰ ਵੀ ਹੁਣ ਕਰਨਾ ਫਾਈਨਲ ਵੀ ਜਾਂ ਕੱਲ ਨੂੰ ਲਾਉਂਗੇ, ਅੱਜ ਲਾਉਣਾ ਅੱਜ ਲਾ ਦਿਓ, ਕੱਲ ਨੂੰ ਲਾਉਣਾ ਕੱਲ ਨੂੰ ਲਾ ਦਿਓ। ਬੰਦੇ ਪਏ ਆ ਸੁੱਤੇ, ਰੋਟੀ ਪਾਣੀ ਖਾ ਲਿਆ ਰੋਟੀ ਪਾਣੀ। ਬੰਦੇ ਕਹਿੰਦੇ ਫਾਈਨਲ ਕਰਦੇ ਸੀ ਤੇਰੀ, ਉਡੀਕ ਕਰ ਰਹੇ ਹਾਂ। ਮੈਂ ਕਿਹਾ 20 ਮਿੰਟ ਰੁਕ ਜਾਓ, ਬਸ 20 ਮਿੰਟ ਤੱਕ ਆ ਜਾਓ, ਠੀਕ ਆ। ਮੈਂ ਕਿਹਾ 20 ਮਿੰਟ ਰੁਕ ਜਾਓ ਬਸ, ਤਾਂ ਹੋਇਆ ਲਓ ਜੀ। ਲਵਲੀ ਜੀ, ਕਿਆ ਬਣ ਗਿਆ? ਕਿਆ ਬਣ ਗਿਆ? ਟਰੈਕਟਰ ਖੇਤ ਚੋਂ ਹਜੇ ਬਾਹਰ ਨਹੀਂ ਨਿਕਲਿਆ, ਇਹਨਾਂ ਦਾ ਜੀਰੀ ਵੀ ਲਾਤੀ। ਲਵਲੀ ਨੂੰ ਪਾਣੀ ਮਾਰ ਦਈਏ ਫਿਰ? ਕਿਹਨੂੰ? ਟਰੈਕਟਰ ਨੂੰ। ਕਾਹਤੇ? ਹੁਣ ਹਜੇ ਕਿਹੜਾ ਕੱਦੂ ਕਰਨਾ 3-4 ਦਿਨ ਆਪਾਂ? ਹਾਂ ਫਿਰ ਤਾਂ ਗਿੱਲੇ ਗਿੱਲੇ ਮਾਰ ਲਾ, ਲੈ ਵੀ ਜਾਣੀ ਆ। ਜੇ ਸੁੱਕ ਗਿਆ ਫਿਰ ਟਾਈਟ ਹੋਊਗਾ। ਲਓ ਜੀ ਲਵਲੀ ਜੀ, ਬੜੇ ਔਖੇ ਭਈਏ ਮੰਨੇ ਮੈਂ, ਅਸੀਂ ਦਵਾਈ ਪਾਉਣੀ ਆ ਫਿਰ ਯਾਰ ਬਾਅਦ ਚੋਂ ਡੱਕੇ ਮਿਲਦੇ ਜਾਣੇ ਤੇ ਸਾਡੇ ਹੈ। ਹੋਰ ਚੱਲ, ਪਰੇ ਤਾਂ ਪੈ ਗਈ, ਇੱਕ ਗੇੜਾ ਰਹਿ ਗਿਆ, ਲਾ ਕੇ ਪਰੇ ਕਰੀਏ। ਉਹ ਖੇਤ 'ਚ ਪਹਿਲਾਂ ਪਾਤੀ, ਬਾਅਦ 'ਚ ਫਿਰ ਗਾਹ ਪਾਉਣ ਲੱਗ ਜਾਂਦੇ ਹਾਂ। ਪੈਰਾਂ ਨੂੰ ਤਾਂ ਚੱਲ ਇਹਨੇ ਕਿਆ ਖਰਾਬ ਕਰਨਾ ਯਾਰ, ਐਂ ਗਾਰਾ ਐਡਾ ਜੀ। ਦੋਸਤੋ ਇਸੇ ਕਰਕੇ ਵਲੌਗ ਲਈ ਸੀ ਇਹ, ਇੱਕ ਅਸੀਂ ਮਸ਼ਹੂਰੀ ਦੇਣੀ। ਲਵਲੀ ਜੀ, ਸਾਰੇ ਭਰਾਵਾਂ ਨੂੰ ਕਹੋ ਵੀ ਆਪਾਂ ਨਵਾਂ ਚੈਨਲ ਬਣਾਇਆ, ਫਾਰਮਰ ਸਟੂਡੀਓ। ਫਾਰਮਰ ਸਟੂਡੀਓ ਬਾਈ ਜੀ, ਆਪਣਾ ਨਵਾਂ ਇੱਕ ਚੈਨਲ ਬਣਿਆ। ਹਾਂ, ਫਾਰਮਰ ਸਟੂਡੀਓ 'ਚ ਸਾਡੀ ਵੀਡੀਓ ਦੇਖਿਆ ਕਰੋ। ਗਾਣੇ ਲਈ ਬਣਾਇਆ। ਅੱਛਾ, ਉਹ ਗਾਣੇ ਲਈ ਆ ਬਾਬੇ। ਉਹ ਬੇਨਤੀ ਹੈ ਵੀ ਚਾਹੇ 10,000 ਬੰਦਾ ਵਲੌਗ ਨੂੰ ਦੇਖੇ, ਚਾਹੇ 5,000 ਬੰਦਾ ਵਲੌਗ ਨੂੰ ਦੇਖੇ, ਜਿੰਨੇ ਵੀ ਦੇਖੋਗੇ ਭਾਈਆਂ ਵਾਲੀ ਗੱਲ ਕਰਿਓ, ਸਾਰੇ ਜਣੇ ਉਰੀ ਵੀਡੀਓ ਸਟੋਪ ਕਰਕੇ, ਇੱਥੇ ਵੀਡੀਓ ਸਟੋਪ ਕਰਕੇ, ਥੱਲੇ ਮੈਂ ਮੈਂਸ਼ਨ ਕੀਤਾ ਹੋਇਆ ਫਾਰਮ ਸਟੂਡੀਓ, ਪਹਿਲਾਂ ਸਬਸਕ੍ਰਾਈਬ ਕਰਕੇ ਫਿਰ ਅੱਗੇ ਵੀਡੀਓ ਦੇਖਿਓ ਬਾਈ। ਸੋ ਸਪੈਸ਼ਲ ਮੈਂ ਕਲਿੱਪ ਗੱਬੇ ਪਾਇਆ, ਸੋ ਇਸ ਕਰਕੇ ਤਾਂ ਹੀ ਵੀਡੀਓ ਲੇਟ ਹੋ ਰਹੀਆਂ ਸੀ ਚੈਨਲ ਕਰਕੇ, ਵੀ ਅਸੀਂ ਚੈਨਲ ਬਣਾਉਣਾ, ਅਸੀਂ ਉਹਦੀ ਪ੍ਰਮੋਸ਼ਨ ਕਰਨੀ ਆ ਦੱਬ ਕੇ। ਸੋ ਹਰੇਕ ਵੀਡੀਓ ਦੇ ਵਿੱਚ ਪਾਉਂਗੇ। ਸੋ ਮੇਰੀ ਰਿਕੁਐਸਟ ਆ, ਹੱਥ ਬੰਨ ਕੇ ਬੇਨਤੀ ਆ, ਭਰਾ ਦੀ ਗੱਲ ਮੰਨਿਓ। ਸੋ ਤੁਸੀਂ ਓਪਨ ਕਰਕੇ ਥੱਲੇ ਲਿੰਕ ਦਿੱਤਾ ਹੋਇਆ, ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਉਹ ਤੋਂ ਬਾਅਦ ਅੱਗੇ ਵੀਡੀਓ ਦੇਖਿਓ ਬਾਈ। ਰਿਕੁਐਸਟ ਆਇਆ ਨਵਾਂ ਚੈਨਲ ਖੜਾ ਕਰਨਾ ਬਾਈ। ਸੋ ਹਜੇ ਸਿਰਫ 10-20 ਉਹਦੇ ਸਬਸਕ੍ਰਾਈਬਰ ਨੇ। ਸੋ ਗਾਣਾ 2 ਜਾਂ 1 ਜਾਂ 2 ਦਿਨ ਦੇ ਵਿੱਚ, 1 ਜਾਂ 2 ਦਿਨ ਦੇ ਵਿੱਚ ਗਾਣਾ ਫਾਰਮਰ ਪ੍ਰਾਈਡਸ ਦਾ ਪੋਸਟਰ ਤੁਹਾਨੂੰ ਮੈਂ ਦਿਖਾ ਰਿਹਾ। ਸੋ ਤੁਸੀਂ ਬਸ ਘੈਂਟ ਗਾਣਾ, ਤੁਸੀਂ ਸਾਰਿਆਂ ਨੇ ਪਿਆਰ ਦੇਣਾ, ਰੀਲਾਂ ਬਣਾਉਣੀਆਂ। ਸੋ ਪਹਿਲਾਂ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਓ, ਥੈਂਕ ਯੂ ਜੀ। ਉਹ ਤੋਂ ਕਰ ਦਿਓ ਬਲੌਗ ਕਟਿੰਗ ਜੀ। ਲਓ ਜੀ, ਥੈਂਕ ਯੂ ਫੁੱਲ ਹੋ ਗਈ। ਅਤੇ ਕੱਲ੍ਹ ਅਸੀਂ ਲਾਏ ਪਵਾ ਕੇ ਲੈ ਕੇ ਆਏ ਗੱਡੀ ਨੂੰ। ਲਵਲੀ ਦੱਸ ਕਿਹੋ ਜਿਹੇ ਲੱਗੇ ਲਾਏ? ਵਧੀਆ ਲੱਗਦਾ। ਹਾਂ, ਸਾਰੇ ਜਣੇ ਕਮੈਂਟਾਂ ਨੀ ਦੱਸੋ ਬਾਬਿਓ ਲਾਏ ਕਿਵੇਂ ਦੇ ਲੱਗੇ। ਹਾਂਜੀ ਲਵਲੀ, ਉਹ ਤੇ ਹੁਣ ਕਿੰਨਾ ਕਰਾਇਆ ਗਿਆ? ਜੀਰੀ ਤਾਂ ਲੱਗ ਗਈ ਹੈ ਨਾ ਖੇਤ ਚੋਂ, ਟਰੈਕਟਰ ਬਾਅਦ ਚੋਂ ਨਿਕਲਿਆ, ਪਹਿਲਾਂ ਜੀਰੀ ਲਾਤੀ ਪੱਟੂਆਂ ਨੇ। ਪਨੀਰੀ ਥੋੜ੍ਹਾ ਔਖ ਰਹਿ ਗਿਆ, ਪਰ ਪਨੀਰੀ ਪੱਟ ਕੇ ਲਾ ਕੇ ਜਾਣਗੇ ਅੱਜ ਸ਼ਾਮ ਤੱਕ। ਲਓ ਜੀ, ਆਹੀ ਖੇਤ ਕੱਦੂ ਕਰੇ ਆਤੀ ਤੁਹਾਡੇ ਸਾਹਮਣੇ, ਲਾ ਕੇ ਚੱਲੇ ਵੀ, ਲਾ ਕੇ ਹੁਣ ਥੋੜ੍ਹੇ ਜਿਹੇ ਰਹਿ ਗਏ ਪਨੀਰੀ। ਚੱਕੋ, ਥੋੜ੍ਹਾ
ਥੋੜ੍ਹਾ ਜਿਹਾ ਰਹਿ ਗਿਆ ਇਧਰਲੇ ਪਾਸੇ ਖੁੰਜਾ, ਉਹ ਵੀ ਲਾ ਕੇ ਚਲੇ ਜਾਣਾ ਉਹਨਾਂ ਨੇ। ਕੰਮ ਪੂਰਾ ਐਨ ਗਰਮੋ ਗਰਮੀ ਕਰਿਆ ਵਾ। ਹੋਰ ਲਵਲੀ ਜੀ ਕਿਆ ਕਹਿਣਾ ਚਾਹੁੰਦੇ, ਚੀਰੀ ਕਿਵੇਂ ਲੱਗ ਰਹੀ ਅੱਜ ਆਪਣੀ? ਚੀਰੀ ਵਧੀਆ ਲਾ ਰਹੇ ਹੈ, ਚੀਰੀ ਵਧੀਆ ਲਾ ਰਹੇ ਹੈ। ਓਕੇ ਯੋ ਮੈਨ, ਆਪਣੇ ਬੰਦੇ ਕਦ ਤੱਕ ਆ ਜਾਣਗੇ ਪੱਕੇ? ਇੰਨੀ ਲੇਟ ਚੁੱਕਿਆ ਹੁਣ ਆਪਾਂ ਲੇਜ਼ਰ ਕਰਾਹ ਕੋਲੇ ਚੱਲੇ ਹਾਂ। ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਕੱਦੂ 15 ਤਰੀਕ ਤੋਂ ਸ਼ੁਰੂ ਹੋ ਚੁੱਕੇ ਹੈ ਤਕਰੀਬਨ, ਸਭ ਨੇ ਕਰਤੇ ਨੇ ਸੜਕ 'ਤੇ ਵੀ, ਹੁਣ ਆਪਾਂ ਦੇਖਦੇ ਹਾਂ। ਪਰ ਬਾਈ ਗਰਮੀ ਇੰਨੀ ਕੁ ਜ਼ਿਆਦਾ ਆ, ਮੀਂਹ ਨੇੜੇ ਤੇੜੇ ਕਿਤੇ ਹੈ ਨਹੀਂ ਮੈਨੂੰ ਜਿੱਥੇ ਤੱਕ ਲੱਗਦਾ ਵੀ। ਇੱਕ ਤਾਂ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਡਿੱਗੂਗਾ, ਇੱਕੋ ਦਮ ਥੱਲੇ ਡਿੱਗੂਗਾ, ਕਿਉਂਕਿ ਯਾਰ ਕੋਈ ਹੈ ਉਹ ਨਹੀਂ, ਮੀਂਹ ਨੇੜੇ ਤੇੜੇ ਨਹੀਂ, ਔੜ ਲੱਗ ਰਹੀ ਹੈ ਇਹੋ ਜਿਹੀ ਧੁੱਪ ਦੇ ਵਿੱਚ, ਇਹੋ ਜਿਹੀ ਗਰਮੀ ਦੇ ਵਿੱਚ ਜੀਰੀ ਵੀ ਕਿਆ ਕਰੂਗੀ, ਪਾਣੀ ਕਿੱਥੇ ਖੜੂਗਾ ਹੈ ਨਾ। ਸੋ ਇਸ ਵਾਰ ਦੇਖਿਓ ਤੁਸੀਂ ਪਾਣੀ ਦੀ ਕਿੱਲਤ ਆਊਗੀ, ਪਾਣੀ ਦਾ ਲੈਵਲ ਬਹੁਤ ਇੱਕਦਮ ਥੱਲੇ ਡਾਊ ਜਾਊਗਾ। ਅੱਧਿਆਂ ਤਾਂ ਟੋਟੇ ਪਾ ਲਏ, ਅੱਧੇ ਪਾਉਣ ਨੂੰ ਤਿਆਰ ਨੇ, ਇਸ ਵਾਰ ਟੋਟੇ ਪੈਣਗੇ, ਪੱਕਾ ਪੈਣਗੇ ਬਾਈ, ਕਿਉਂਕਿ ਮੌਨਸੂਨ ਹੁਣ ਵੀ ਆਪਾਂ ਨੈੱਟ 'ਤੇ ਦੇਖਦੇ ਹਾਂ, ਸੂਰਜ ਦਿਖਦਾ ਹੈ ਨਾ ਆਈਫੋਨ 'ਤੇ ਜਦੋਂ ਆਪਾਂ ਚੈੱਕ ਕਰਦੇ ਹਾਂ ਵੈਦਰ। ਸੋ ਚਲੋ ਚੱਲਦੇ ਹਾਂ ਆਪਾਂ ਲੇਜ਼ਰ ਕਰਾਹ ਕੋਲੇ, ਸੋ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ। ਕੰਮ ਲੇਜ਼ਰ ਦਾ ਹੀ ਪੂਰਾ ਜ਼ੋਰਾਂ ਸ਼ੋਰਾਂ 'ਤੇ ਹੈ। ਸੋ ਓਕੇ ਗੁੜ ਕੰਮ ਹੈ ਜਮਾਂ। ਹਾਲੋ, ਜੀਰੀ ਤਾਂ ਪੂਰੀ ਲੱਗ ਰਹੀ ਹੈ ਟੌਪ 'ਤੇ, ਲਓ ਜੀ ਜੀਰੀ ਤਾਂ ਚੱਲ ਰਿਹਾ, ਪੰਜਾਬ ਦੇ ਵਿੱਚ ਕੰਮ ਚੱਲ ਪਿਆ। ਲਓ ਜੀ ਬਾਬਿਓ, ਲੇਜ਼ਰ ਕਰਾਹ ਦਾ ਸੀਜ਼ਨ ਚੱਲ ਰਿਹਾ ਪੂਰਾ ਜ਼ੋਰਾਂ ਸ਼ੋਰਾਂ 'ਤੇ। ਲਓ ਜੀ ਲੇਜ਼ਰ ਕਰਾਹ ਦਾ ਕੰਮ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਮੇਰੇ ਵੀਰੇ ਚੱਲ ਰਿਹਾ ਕੰਮ ਪੂਰਾ ਦੱਬਿਆ ਹੋਇਆ। ਆਪਾਂ 2 ਵਜੇ ਮੈਨੂੰ ਦੁਪਹਿਰ ਦੇ ਅੰਕਲ ਰੋਟੀ ਖਾਣ ਗਿਆ ਹੋਇਆ ਬਾਬਿਓ, ਆਪਾਂ ਤੇ ਲਿਆ ਸ਼ਾਮ ਦਾ ਟਾਈਮ ਹੋ ਚੁੱਕਿਆ। ਅੱਜ ਨਹਿਰ ਦੇ ਨਾਲ ਨਾਲ ਚੱਲ ਰਹੇ ਹਾਂ। ਸੋ ਅੱਜ ਪਹਿਲਾਂ ਨਹਿਰ ਦੇ ਪਰਲੇ ਪਾਸੇ ਦੀ, ਹੁਣ ਨਹਿਰ ਦੇ ਇੱਧਰਲੇ ਪਾਸੇ, ਅੱਜ ਨਹਿਰ ਨੇ ਸਾਨੂੰ ਫੜ ਕੇ ਰੱਖਿਆ ਹੋਇਆ। ਚੱਲ ਰਿਹਾ ਜੀ, ਹੁਣ ਪੰਚਾਇਤੀ ਜ਼ਮੀਨਾਂ ਦੀਆਂ ਨੇ ਬੋਲੀਆਂ ਹੁਣ ਹੋ ਕੇ ਹਟੀਆਂ, ਹੁਣ ਸਾਰੇ ਕਰਾ ਰਹੇ ਨੇ, ਪੰਚਾਇਤੀ ਜ਼ਮੀਨਾਂ ਦਾ ਹੀ ਆ ਰਿਹਾ ਹੁਣ ਜ਼ਿਆਦਾ। ਰਾਤ ਦੇ ਕਿੰਨੇ ਵੱਜ ਗਏ ਮੇਰੇ ਵੀਰੇ? ਦਿਖਾ ਓਏ, ਝੂਠ ਬੋਲੀ ਜਾਣਾ। 1:03 ਮਿੰਟ ਹੋ ਗਿਆ ਵਾ ਯਾਰ, ਨਹਿਰ ਜਾ ਰਹੀ ਆ ਕੋਲ ਨੂੰ ਬੜੀ। ਇੱਕ ਬੰਦੇ ਸਪੈਸ਼ਲ ਆਏ ਨੇ ਅੱਜ, ਮੈਂ ਕਿਹਾ ਵੀ ਰਾਤ ਲਾਉਣੀ ਆ, ਕੰਮ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਕਈ ਦਿਨਾਂ ਦਾ, ਅਤੇ ਬੰਦੇ ਆਏ ਹੋਏ ਨੇ ਪੂਰੇ, ਐਨ ਡਟੇ ਹੋਏ ਨੇ, ਡਟੇ ਹੋਏ ਮੋਰਚਾ ਡਟਿਆ ਹੈ। ਪਾਗਲ ਆ ਤੂੰ, ਬਰਫ਼ ਲੈ ਕੇ ਆਇਆ ਪਾ ਲੈਂਦਾ ਤੂੰ, ਦੱਸਿਆ ਨੀ ਉਹਨਾਂ ਨੇ ਖੁਰਗੀ ਲੱਗੇ ਹੋਏ ਜਾਦੇ ਲਗਾਤਾਰ ਆ ਲੱਗਿਆ ਹੋਇਆ ਵੀ ਘੁੰਮੀ ਜਾਂਦਾ। ਲਓ ਜੀ ਸਵੇਰ ਦਾ ਟਾਈਮ ਦਿਖਾ ਮੁੰਡਿਆ, ਫੋਨ ਤੇ ਕਿੰਨਾ ਹੋ ਚੁੱਕਿਆ? 3:38 ਹੋ ਚੁੱਕੇ ਆ, ਹੁਣੀ ਖੜਾਇਆ ਮੈਂ ਇਹਨਾਂ ਨੂੰ, ਕਿਹਾ ਉਹਨਾਂ ਤੋਂ ਚੱਲ ਟਰੈਕਟਰ ਵੀ ਠੰਡਾ ਹੋ ਜੂਗਾ, ਕਿਉਂਕਿ ਸਵੇਰ ਦਾ ਚੱਲ ਰਿਹਾ ਟਰੈਕਟਰ ਨੂੰ ਵੀ ਮੇਰੇ ਹਿਸਾਬ ਦੇ ਨਾਲ, ਇਹ ਟਰੈਕਟਰ ਨੂੰ ਕਾਫੀ ਟਾਈਮ ਹੋ ਗਿਆ, ਸਵੇਰ ਦਾ 8 ਵਜੇ ਦਾ ਚੱਲ ਰਿਹਾ, 8:30 ਹੋ ਗਏ ਮੈਨੂੰ ਲੱਗਦਾ, 16-17 ਘੰਟੇ ਹੋ ਗਏ ਸੀ ਹੁਣ। ਸੋ ਹੁਣ ਰੋਕਿਆ ਟਰੈਕਟਰ ਆਪਾਂ, ਜੋਬਨ ਭਾਅ ਜੀ ਆਪਣੇ ਨਾਲ ਆਏ ਨੇ, ਇੱਧਰ ਰਮਣਾ ਭਾਅ ਜੀ ਆਪਣੇ ਨਾਲ ਆਏ ਨੇ। ਸੋ ਏਰੀਆ ਬਾਹਲਾ ਖਤਰਨਾਕ ਆ, ਮਤਲਬ ਕਿ ਨਹਿਰ ਜਾ ਰਹੀ ਆ ਕੋਲ ਨੂੰ, ਪਗਡੰਡੀ ਆ, ਰਸਤਾ ਬਾਹਲਾ
ਖਤਰਨਾਕ ਸੀ, ਅਸੀਂ ਫਿਰ ਗਏ ਨਹੀਂ। ਅਸੀਂ ਕਿਹਾ ਵੀ ਅੱਜ ਰਾਤ ਹੀ ਲਾਉਂਦੇ ਹਾਂ। ਦੋ ਲੂੰਬੜੀਆਂ ਦਿਖੀਆਂ, ਹੈਂ ਦੋ ਲੂੰਬੜੀਆਂ ਦਿਖੀਆਂ, ਲੂੰਬੜੀਆਂ ਦਿਖੀਆਂ, ਉਰੇ ਸੱਪਾਂ ਮਗਰ ਫਿਰੀ ਗਏ, ਹੈਂ ਮਾਰ ਕੇ। ਹਾਂ ਉਹ ਪਾਤੇ ਇਹੋ ਜਿਹੇ ਫੁੱਦੂ ਕੰਮ ਕਰਦੇ ਹੋਣੇ, ਮੈਂ ਬਹੁਤ ਰੋਕਿਆ ਇਹਨਾਂ ਨੂੰ। ਜਹਾਜ਼ ਬਹੁਤ ਲੰਘਦੇ ਇੱਕ ਤਾਂ ਰਾਤ ਨੂੰ, ਅਤੇ ਬਸ ਹੁਣ ਬਸ ਪਾਣੀ ਪੂਣੀ ਪੀ ਕੇ ਰੋਟੀ ਖਾ ਲਈ। ਹੈਂ ਵੀਰ, ਉਹ ਵੀਰ ਨਹਿਰ ਦੇ ਪਿੱਛੇ ਮਹਾਂ ਏਅਰਪੋਰਟ ਹੈ। ਹਾਂ ਨਹਿਰ ਇੱਧਰ ਵਿੱਚ ਏਅਰਪੋਰਟ ਹੈ। ਸਵੇਰੇ ਫੋਨ ਕਰੋ, ਪੰਜ ਚਾਹ ਮੰਗਾਓ ਬਾਈ ਹੁਣ 4 ਵਜੇ ਦੀ। ਅਸਲ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀਆਂ ਹੁਣ ਬੋਲੀਆਂ ਹੋ ਗਈਆਂ ਸ਼ੁਰੂ, ਪੰਚਾਇਤੀ ਜ਼ਮੀਨੇ ਕਰ ਰਹੇ ਅਸੀਂ ਪੱਧਰ। ਕੰਮ ਬਾਹਲਾ ਇਕੱਠਾ ਹੋਇਆ ਹੋਇਆ ਸਾਡੇ ਕੋਲ, ਜਦ ਤਾਂ ਫਰੀ ਗਏ ਅੱਛਾ ਕਰਦੇ, ਹੁਣ ਕੰਮ ਇਕੱਠਾ ਹੋ ਗਿਆ, ਹੁਣ ਰਾਤਾਂ ਲਾਉਣ ਲੱਗ ਗਏ। ਦਿਨੇ ਅੰਕਲ ਚਲਾਊਗਾ, ਦਿਨੇ ਵੀ ਕੰਮ ਤਕੜਾ। ਸੋ ਉਹ ਲਓ ਜੀ, ਹੋ ਗਈ ਸਵੇਰ, ਮੈਂ ਕਿਹਾ ਹੋ ਗਈ ਸਵੇਰ ਮੋਰ। ਸਾਡੇ ਏਰੀਏ 'ਚ ਮੋਰ ਹੈਗੇ ਨੇ ਕਾਫੀ ਬਾਈ, ਫਤਿਹਗੜ੍ਹ ਸਾਹਿਬ ਏਰੀਏ ਸਾਡੇ ਪਿੰਡਾਂ ਦੇ ਵਿੱਚ ਮੋਰ ਬਹੁਤ ਨੇ। ਓ ਮੇਰੇ ਬੱਚਾ ਲਓ, ਮੈਂ ਤਾਂ ਚੜ ਗਿਆ ਦਿਨ। ਓ ਬੱਚਾ ਲੋਕ, ਪੂਰਾ ਐਨ ਸਾਫ ਵੀਡੀਓ ਬਣ ਰਹੀ ਹੈ ਬਾਬੇ, ਲੈ ਬਾਰ ਲਾਈਟ ਦਾ ਚਾਨਣ ਬਹੁਤ। ਲਓ ਜੀ ਬਾਬਿਓ, ਸਵੇਰ ਦੇ ਵੱਜ ਚੁੱਕੇ ਨੇ 5, ਦਿਨ ਚੜ੍ਹ ਰਿਹਾ ਹੌਲੀ ਹੌਲੀ, ਦਿਨ ਚੜੂਗਾ, ਦਿਨ ਚੜ੍ਹ ਰਿਹਾ, ਬਸ ਟਾਈਮ ਲੱਗਦਾ ਦਿਨ ਚੜ੍ਹਨ ਨੂੰ। 4:30 ਦਾ ਦਿਨ ਚੜ੍ਹਨ ਲੱਗਿਆ ਹੋਇਆ, 5 ਕੋਲ ਤੱਕ ਉਹਦੇ ਤੱਕ ਪਹੁੰਚ ਗਿਆ, ਤਾਂ ਦੂਰ ਚੜੂਗਾ ਇੱਧਰੋਂ। ਨੋਨ ਸਟੋਪ ਚੱਲਿਆ, ਨੋਨ ਸਟੋਪ ਅੱਜ, ਅਜੇ ਹੋਰ ਨੋਨ ਸਟੋਪ ਨਾਲ ਡਰਾਈਵਰ ਅੰਕਲ ਆਉਣੇ ਵਾਲਾ ਆਪਣਾ, ਬਸ ਪਹੁੰਚ ਜਾਣਾ 7 ਵਜੇ ਨੂੰ। ਲਓ ਬਾਬਿਓ, ਦਿਨ ਚੜ੍ਹ ਗਿਆ ਪੂਰਾ, ਮੋਰ ਚੈੱਕ ਕਰ ਰਿਹਾ ਵੀ ਲੇਜ਼ਰ ਕਿਹੜਾ ਸਹੀ ਹੋਇਆ ਵਾ, ਉਹਦਾ ਡੈਡ ਹੋ ਕੇ ਪੈ ਗਿਆ। ਹੁਣ ਉਹ ਖੱਤੀ ਰਹਿ ਗਈ, ਬਾਕੀ ਆਪਣਾ ਸਾਰਾ ਹੋ ਗਿਆ, ਉਹ ਵੀ ਖੇਤ ਹੋ ਗਿਆ, ਆਹ ਵੀ ਖੇਤ ਹੋ ਗਿਆ, ਆਹ ਵੀ ਖੇਤ ਹੋ ਗਿਆ, ਆਹ ਵੀ ਖੇਤ ਹੋ ਗਿਆ। ਇੱਥੇ ਨਾ ਬਾਬੇ ਉਹ ਨਹਿਰ ਜਾਂਦੀ ਹੈ ਕੋਲ ਨੂੰ, ਮਤਲਬ ਇੰਨੀ ਕੁ ਸਲਾਬ ਆ, ਇੰਨੀ ਕੁ ਸਲਾਬ ਆ ਖੇਤਾਂ ਦੇ ਵਿੱਚ, ਬਹੁਤ ਸਲਾਬ ਆ, ਥੋੜ੍ਹਾ ਜਿਹਾ ਪੱਟਦੇ ਹਾਂ ਇੰਨਾ ਕੁ ਪੱਟਦੇ ਹਾਂ ਸਲਾਬ ਨਿਕਲ ਜਾਂਦੇ। ਉਹ ਖੇਤ ਨਾ ਰਾਤ ਵਾਹਿਆ ਸੀ, ਜ਼ਿਆਦਾ ਖਰਾਬ ਸੀ, ਵਹਾ ਕੇ ਕਰਿਆ ਸੀ। ਸੋ ਇੰਨੀ ਦੇਖ ਲਓ ਕਿੰਨਾ ਫਰਕ ਆ, ਇੰਨੀ ਸਲਾਬ ਚੜ ਗਈ, ਨਾਲੇ ਕੋਈ ਰੌਣਕ ਕੁਛ ਨਹੀਂ ਕੀਤਾ ਹੋਇਆ, ਸੋ ਬੰਦਾ ਡੈਡ ਹੋਇਆ ਪਿਆ ਇੱਕ ਹੱਥ।
ਪਕੱਤੀ ਰਹਿ ਗਈ, ਆਪਾਂ ਕੱਤੀ ਕਰ ਦਈਏ, ਕੱਤੀ ਤੋਂ ਬਾਅਦ ਫਿਰ ਸਮਾਨ ਇਕੱਠਾ ਕਰਦੇ ਹਾਂ। ਸਮਾਨ ਪਿਆ ਰਹਿਣ ਦੀ ਕੋਈ ਚੱਕਰ ਨਹੀਂ, ਮੂੰਹ ਧੋ ਲਈਏ ਨਾ। ਬਾਬਿਓ ਚੱਲ ਰਿਹਾ ਕੰਮ, ਅੱਜ ਹਵਾ ਬਹੁਤ ਚੱਲ ਰਹੀ ਹੈ, ਸੋ ਮਿੱਟੀ ਵਾਲੇ ਖੇਤ ਨੇ ਪ੍ਰਿੰਸ ਦੇ, ਜਮਾਂ ਓਕੇ ਰਿਪੋਰਟ ਕੰਮ ਹੋਇਆ। ਜਵਾਕ ਨੇ ਘਰੇ ਆ ਗਏ ਆਪਾਂ। ਹਾਂਜੀ ਕਿਆ ਹੋਇਆ ਬੱਚਿਓ? ਹੈਂ ਕੁਛ ਨਹੀਂ ਹੋਇਆ। ਸੋ ਓਕੇ ਬਾਬੇ, ਉਹ ਇੰਨਾ ਕੁ ਆਪਣਾ ਵਲੌਗ ਸੀ, ਵਲੌਗ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਅਤੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਬਸ ਵੀਡੀਓਜ਼ ਦੇਖਦੇ ਰਹੋ। ਵੀਡੀਓ ਹੁਣ ਕਾਫੀ 10 ਦਿਨ ਦੇ ਗੈਪ ਤੋਂ ਬਾਅਦ ਆਈਆਂ ਨੇ, ਕਿਉਂਕਿ ਕੋਈ ਕੰਟੈਂਟ ਨਹੀਂ ਸੀ, ਵੱਟਾਂ ਵੁੱਟਾਂ ਸਾਰੀਆਂ ਲਾ ਲਈਆਂ ਸੀ, ਲੇਜ਼ਰ ਕਰਾਹ ਦੇ ਵਿੱਚ ਇੰਨਾ ਪਹੁੰਚ ਗਏ ਸੀ ਅਸੀਂ, ਅਤੇ ਬਸ ਬੀਜ਼ੀ ਇੰਨਾ ਸੀਜ਼ਨ ਤਕੜਾ ਰਿਹਾ ਸੀ, ਹਜੇ ਵੀ ਸੀਜ਼ਨ ਬੁਕਿੰਗ ਬਹੁਤ ਪਈ ਆ, ਸੋ ਲਾ ਰਹੇ ਹਾਂ ਕਿਉਂਕਿ ਮੈਂ ਤੁਹਾਨੂੰ ਲੇਜ਼ਰ ਕਰਾ ਦੀ ਦਿਖਾਈ ਜਾਵਾਂ, ਉਹਦਾ ਕੋਈ ਫਾਇਦਾ ਨਹੀਂ ਪਿਆ ਉਰੇ ਆ ਗਏ ਉਰੇ ਆ ਗਏ। ਸੋ ਓਕੇ ਬਾਬੇ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।